ਤੁਹਾਨੂੰ ਪਤਾ ਮੈਂ ਔਨ ਡਿਊਟੀ ਔਨ ਟਾਈਮ 'ਤੇ, ਬਿਲਕੁਲ ਪੂਰੇ ਆਪਣਾ ਜਿਹੜੇ ਟਾਈਮ 'ਤੇ ਹੋਣਾ ਚਾਹੀਦਾ ਸੀ। ਅਫਸਰ ਆ ਜਾਂਦਾ ਪਰ ਮੁਲਾਜ਼ਮਾਂ ਨੂੰ ਨਹੀਂ ਅਕਲ ਆਉਂਦੀ ਕਿ ਚਲੋ ਅਸੀਂ ਵੀ ਪਹੁੰਚ ਜਾਈਏ ਟਾਈਮ ਨਾਲ। ਅਫਸਰ ਦੇਖੋ ਇਕੱਲਾ ਬੈਠਾ, ਨਾ ਕੋਈ ਪਾਣੀ ਪੁੱਛਣ ਵਾਲਾ, ਜੇ ਪਾਣੀ ਵੀ ਪੁੱਛਣਾ ਤਾਂ ਆਪਣੇ ਆਪ ਨੂੰ ਖੁਦ ਹੀ ਪੁੱਛਣਾ ਪੈਂਦਾ, ਪਾਲੀ ਸਾਹਿਬ ਪਾਣੀ ਪੀਓਗੇ? ਹਾਂਜੀ ਪੀਵਾਂਗਾ। ਲਓ ਜੀ, ਨਹੀਂ ਨਾ ਦੇਖੋ ਨਾ, ਕੋਈ ਬੰਦਾ ਤਾਂ ਹੋਣਾ ਚਾਹੀਦਾ ਨਾ, ਕੋਈ ਇਹੋ ਜਿਹਾ ਪਾਣੀ ਪੀ ਲੈਂਦੇ। ਹੁਣ ਮੈਂ ਪੁੱਛਿਆ ਆਪਣੇ ਆਪ ਨੂੰ ਅਤੇ ਮੈਂ ਇਹ ਕਹਿ ਰਿਹਾ ਸੀ ਕਿ ਬੰਦੇ ਨੂੰ ਹਮੇਸ਼ਾ ਪੰਚੂਅਲ ਹੋਣਾ ਚਾਹੀਦਾ, ਇੰਨਾ ਕੁ ਪੰਚੂਅਲ ਹੋਣਾ ਚਾਹੀਦਾ ਕਿ ਜੇ ਕੱਲ੍ਹ ਨੂੰ ਪੰਚਕੂਲੇ ਵੀ ਜਾਣਾ ਪੈ ਜਾਵੇ ਤਾਂ ਬੰਦਾ ਜਾ ਸਕਦਾ। ਇੰਨਾ ਪੰਚੂਅਲ ਤਾਂ ਲਾਈਫ 'ਚ ਹੋਣਾ ਪੈਣਾ ਨਾ, ਤੁਸੀਂ ਗੱਲ ਨੂੰ ਸਮਝੋ। ਅਤੇ ਮੈਂ ਆਪਣੀ ਜ਼ਿੰਦਗੀ ਦੀ ਇੱਕੋ ਅਸੂਲ ਸਿੱਖਿਆ ਕਿ ਕਦੇ ਵੀ ਰੋਟੀ ਖਾ ਕੇ ਵੀ ਜੂਠਾ ਨਹੀਂ ਛੱਡੀਦਾ। ਇਹ ਸਿੱਖਣੀ ਚਾਹੀਦੀ ਗੱਲ ਅਲੱਗ ਗੱਲ ਆ, ਭਾਵੇਂ ਪਰ ਸਿੱਖਣੀ ਤਾਂ ਚਾਹੀਦੀ ਹੈ ਨਾ। ਮੈਂ ਜ਼ਿੰਦਗੀ ਨੂੰ ਇੱਕ ਬੜਾ ਅਲੱਗ ਨਜ਼ਰੀਏ ਨਾਲ ਦੇਖਣਾ ਜੇ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ। ਅੱਜ ਉਹ ਹੈ ਨਹੀਂ, ਚਲੋ ਅੱਜ ਡਿਫਲਟਰ ਲੋਕ ਨਹੀਂ ਹੈਗੇ ਅਤੇ ਮੈਂ ਕਹਿੰਦਾ ਅੱਜ ਥੋੜ੍ਹੀਆਂ ਸਿਆਣੀਆਂ ਗੱਲਾਂ ਕੀਤੀਆਂ ਜਾਣ ਤੁਹਾਡੇ ਨਾਲ। ਸੋ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਮੈਂ ਜ਼ਿੰਦਗੀ ਨੂੰ ਥੋੜ੍ਹੇ ਜਿਹੇ ਅਲੱਗ ਨਜ਼ਰੀਏ ਨਾਲ ਦੇਖਣਾ। ਕਹਿੰਦੇ ਆ ਕਿ ਹਰ ਕੋਈ ਜਿਹਦੇ ਨਾਲ ਗੱਲ ਕਰ ਲਓ ਜੀ, ਜ਼ਿੰਦਗੀ ਦੇ ਵਿੱਚ ਬੜੀਆਂ ਟੈਨਸ਼ਨਾਂ, ਬੜੀਆਂ ਟੈਨਸ਼ਨਾਂ, ਬੜੀਆਂ ਟੈਨਸ਼ਨਾਂ, ਹੈ ਨਾ, ਆਹ ਹੋ ਗਿਆ ਆਹ ਹੋ ਗਿਆ। ਮੈਨੂੰ ਐਂ ਲੱਗਦਾ ਕਿ ਜਿਹੜੀਆਂ ਟੈਨਸ਼ਨਾਂ ਉਹ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਦੇ ਛੋਟੇ ਛੋਟੇ ਇਮਤਿਹਾਨ ਹੁੰਦੇ ਆ। ਜਿਸ ਤਰ੍ਹਾਂ ਅਸੀਂ ਸਕੂਲ ਦੇ ਵਿੱਚ ਨਹੀਂ ਪੜ੍ਹਨ ਲੱਗ ਜਾਈਏ ਤਾਂ ਸਾਡੇ ਮਹੀਨੇ ਬਾਅਦ ਯੂਨਿਟ ਟੈਸਟ ਆ ਗਏ, ਸਰਪ੍ਰਾਈਜ਼ ਟੈਸਟ ਆ ਗਿਆ, ਫਿਰ ਕੱਚੇ ਪੇਪਰ ਆ ਗਏ, ਫਿਰ ਹੁਣ ਕੱਚਿਆਂ ਨੂੰ ਪੱਕੇ ਕਰੀਦਾ। ਉਹ ਸਾਰੀਆਂ ਚੀਜ਼ਾਂ ਮਿਲਾ ਕੇ ਜਿਸ ਤਰ੍ਹਾਂ ਉਹਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਦੇਖ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਵੀ ਇੱਦਾਂ ਦੀ। ਪਰਮਾਤਮਾ ਜਦੋਂ ਵੀ ਕੋਈ ਸਿਚੁਏਸ਼ਨ ਜਾਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਦੁੱਖ ਆਉਂਦਾ, ਉਹ ਤੁਹਾਡਾ ਇਮਤਿਹਾਨ ਦੀ ਕੜੀ ਹੁੰਦੀ ਹੈ। ਹੁਣ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਇਗਜ਼ਾਮ ਤੋਂ ਪਹਿਲਾਂ ਤਿਆਰੀਆਂ ਕਰਦੇ ਹਾਂ ਆਪਣੇ ਟੈਸਟਾਂ ਦੀਆਂ, ਆਪਣੇ ਇਗਜ਼ਾਮਸ ਦੀਆਂ, ਉੱਦਾਂ ਆਪਾਂ ਆਪਣੀ ਤਿਆਰੀ ਕਰਕੇ ਰੱਖਣੀ ਹੈ ਕਿ ਕੱਲ੍ਹ ਨੂੰ ਜੇ ਸਾਨੂੰ ਸਿਚੁਏਸ਼ਨ ਕੋਈ ਇੱਦਾਂ ਦੀ ਆ ਜਾਵੇ, ਕੋਈ ਇੱਦਾਂ ਦੀ ਗੱਲਬਾਤ ਹੋ ਜਾਵੇ, ਤਾਂ ਸਾਡਾ ਮਨ ਔਰ ਜੋ ਅਸੀਂ ਸੋਚਦੇ ਹਾਂ ਸਾਡਾ ਮੈਂਟਲ ਲੈਵਲ ਇੰਨਾ ਕੁ ਸਟਰੋਂਗ ਹੋਵੇ ਕਿ ਸਾਨੂੰ ਦੁੱਖ ਦੁੱਖ ਨਾ ਲੱਗੇ, ਹੈ ਨਾ, ਪ੍ਰੋਬਲਮ ਪ੍ਰੋਬਲਮ ਨਾ ਲੱਗੇ। ਹਾਂ, ਕਈ ਲੋਕ ਬੜੇ ਇਮੋਸ਼ਨਲ ਹੁੰਦੇ ਨੇ, ਮੈਂ ਵੀ ਬੜਾ ਇਮੋਸ਼ਨਲ ਹਾਂ। ਕੋਈ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਛ ਇੱਦਾਂ ਦੀ ਹੋ ਜਾਵੇ, ਉੱਥੇ ਕਿਤੇ ਨਾ ਕਿਤੇ ਦਾ ਦੁੱਖ ਲੱਗਦਾ ਹੀ, ਲੇਕਿਨ ਮੈਟਰ ਇਹ ਕਰਦਾ ਕਿ ਤੁਸੀਂ ਦੁੱਖ 'ਚ ਕਿੰਨੀ ਦੇਰ ਹੋ ਔਰ ਦੁੱਖ 'ਚੋਂ ਨਿਕਲਣ ਦੇ ਵਿੱਚ ਕਿੰਨਾ ਟਾਈਮ ਲੱਗ ਰਿਹਾ, ਕਿੰਨੀਆਂ ਸੀਰੀਅਸ ਗੱਲਾਂ ਸ਼ੁਰੂ ਕਰਤੀਆਂ। ਮੈਂ ਯਾਰ ਡਿਫਾਲਟਰ ਤਾਂ ਹੋਇਆ, ਕੁਝ ਬੰਦੇ ਡਿਫਾਲਟਰ ਟੱਕਰ ਗਏ। ਸਤਿ ਸ਼੍ਰੀ ਅਕਾਲ ਜੀ, ਮੇਰਾ ਯਾਰ ਡਿਫਾਲਟਰ ਤਾਂ ਹੋਇਆ, ਕੁਝ ਬੰਦੇ ਡਿਫਾਲਟਰ ਟੱਕਰ ਗਏ। ਮੈਂ ਵੀ ਡਿਫਾਲਟਰ ਤਾਂ ਹੋਇਆ, ਮੈਨੂੰ ਵੀ ਕੁਝ ਬੰਦੇ ਨੇ ਮੈਨੂੰ ਕੁਝ ਪਾਉਣੇ ਟੱਕਰ ਗਏ। ਡਿਫਾਲਟਰ ਤੁਸੀਂ ਤਾਂ ਡਿਫਾਲਟਰ ਹੋਏ ਨਹੀਂ ਜੀ, ਮੈਨੂੰ ਡਿਫਾਲਟਰ ਹੀ ਕਹਿੰਦੀ ਹੈ ਦੁਨੀਆ। ਜਿਹੜਾ ਤੁਹਾਡੇ ਨਾਲ ਇੱਥੇ ਬੈਠਾ ਖਲੋਤਾ ਰਹਿੰਦਾ ਉਹ ਡਿਫਾਲਟਰ ਹੀ ਹੋਇਆ। ਜਾਂ ਤਾਂ ਉਹਦੇ ਕੋਲ ਕੋਈ ਚੀਜ਼ ਹੋਵੇ ਵਿਚਾਰੇ ਕੋਲ, ਕੋਈ ਉਹਦਾ ਦਿਮਾਗ ਰਹਿਣ ਦਿੱਤਾ ਹੋਵੇ। ਨਹੀਂ, ਤੁਸੀਂ ਕਿਸੇ ਨੂੰ ਸੁੱਕਾ ਨਹੀਂ ਨਾ ਲੰਘਣ ਦਿੰਦੇ ਤਾਂ ਡਿਫਾਲਟਰ ਕਹਿੰਦੇ ਸੀ। ਮੈਂ ਕੀ ਪਾਣੀ ਦੀ ਬਾਲਟੀ ਫੜ ਕੇ ਰੱਖੀ ਹੁੰਦੀ ਕਿ ਜਿਹੜਾ ਆਏ ਤੇ ਮੱਗਾ ਪਾਣੀ ਦਾ ਨਹੀਂ, ਮਤਲਬ ਚਲਾਨ ਚਲਾਨ ਕੱਟ ਦੇਣਾ ਜਦੋਂ ਉਹ ਚਲਾਨ ਤੇ ਬੇਟਾ ਫਿਰ ਸਾਡੀ ਡਿਊਟੀ ਆ। ਹਾਂਜੀ, ਤੁਸੀਂ ਦੇਖੋ ਹੁਣ ਜੇ ਅਸੀਂ ਚਲਾਨ ਨਾ ਕੱਟੀਏ ਜੀ, ਆਮ ਲੋਕਾਂ ਨੂੰ ਬੜੀ ਪ੍ਰੋਬਲਮ ਹੁੰਦੀ ਹੈ ਕਿ ਹਾਂ ਵੀ ਚਲਾਨ ਕੱਟਦੇ ਚਲਾਨ ਕੱਟਦੇ। ਹੁਣ ਜੇ ਅਸੀਂ ਚਲਾਨ ਨਾ ਕੱਟੀਏ ਲੋਕ ਬੇਖੌਫ ਹੋ ਕੇ ਡਰਾਈਵਿੰਗ ਕਰਨਗੇ, ਕਰੀ ਜਾਣ ਜੀ। ਗਲਤ ਗੱਲ ਕਹੀ, ਤੇਰੇ ਵਰਗੇ ਨਾ ਫਿਰ ਸਾਈਕਲ ਥੱਲੇ ਆ ਜਾਂਦੇ ਹੁੰਦੇ ਆ। ਅੱਛਾ, ਉਹ ਬੇਵਕੂਫਾ ਜਦੋਂ ਰੈਸ਼ ਡਰਾਈਵਿੰਗ ਕਰਨਗੇ, ਕਿਸੇ 'ਚ ਠੋਕਣਗੇ, ਕਿਸੇ ਨੂੰ ਮਾਰਨਗੇ, ਐਕਸੀਡੈਂਟਲ ਕੇਸ ਹੋਏਗਾ, ਉਹਦੇ ਨਾਲ ਚੱਕਾ। ਤੁਸੀਂ ਆਪਣੀ ਸੇਫਟੀ ਵੀ ਰੱਖੋ, ਹੈਲਮਟ ਪਾ ਕੇ ਜਾਓ, ਠੀਕ ਹੈ, ਗੱਡੀਆਂ ਦੇ ਵਿੱਚ ਸੀਟ ਬੈਲਟ ਲਾ ਕੇ ਜਾਓ। ਜਨਾਬ, ਕਈ ਵਾਰੀ ਮੈਂ ਦੇਖਦਾ ਸਪੀਡ 'ਤੇ ਗੱਡੀ ਹੋਵੇ, ਜਾਣ ਕੇ ਅੱਗੇ ਪੁਲਿਸ ਵਾਲਾ ਆ ਜਾਂਦਾ ਜੀ, ਫਿਰ ਉਹ ਗੱਡੀ ਉਹਦੇ ਵਿੱਚ ਹੀ ਠੁੱਕਦੀ ਹੈ। ਫਿਰ ਉਹ ਮੈਨੂੰ ਇੱਕ ਚੀਜ਼ ਦੱਸ, ਹਾਂਜੀ ਹਾਂਜੀ, ਉਹ ਕਿਹੜਾ ਪਾਗਲ ਪੁਲਿਸ ਵਾਲਾ ਹੋਏਗਾ ਕਿ ਜਿਹੜੀ ਚਲਦੀ ਗੱਡੀ ਦੇ ਅੱਗੇ ਆਏਗਾ? ਆਉਂਦੇ ਕਈ ਆਉਂਦੇ ਆ ਜੀ, ਪੁੱਤਰ ਸਲੋ ਹੁੰਦੀ ਤਾਂ ਹੀ ਆਉਂਦੇ ਆ। ਜਨਾਬ, ਅੱਛਾ ਮੈਨੂੰ ਇੱਕ ਚੀਜ਼ ਦੱਸ। ਹਾਂ ਜਿੰਦਾ, ਮੈਂ ਨਹੀਂ ਬੋਲਣਾ ਤੁਹਾਡੇ ਨਾਲ। ਆ ਤੂੰ ਨਾ ਵੀ ਬੋਲ, ਪੁੱਤਰ ਸਵੇਰ ਦਾ ਆਇਆ ਉਦੋਂ ਦੀ ਜੈ ਹਿੰਦ ਤਾਂ ਹੋਈ ਨਹੀਂ ਤੇਰੇ ਕੋ। ਅਜੀ ਮੈਂ ਪਹਿਲਾਂ ਜੈ ਹਿੰਦ ਭੇਜੀ ਸੀ ਤੁਹਾਨੂੰ। ਹੈ? ਪਹਿਲਾਂ ਮੈਂ ਬੁਲਾਇਆ ਸੀ ਤੁਹਾਨੂੰ। ਕਦੋਂ ਬੁਲਾਇਆ ਸੀ? ਜਦੋਂ ਤੁਸੀਂ ਸੀਰੀਅਸ ਗੱਲਾਂ ਕਰ ਰਹੇ ਸੀ। ਵਾਹ 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 ਵਾਹ, ਜਦੋਂ ਮੈਂ ਸੀਰੀਅਸ ਗੱਲਾਂ ਕਰਨ ਡਿਆ ਤੇ ਤੂੰ ਉਦੋਂ ਬੁਲਾਇਆ? ਉਦੋਂ ਕੀ ਗਲੂਕੋਸ ਲਈ ਬੁਲਾਇਆ ਸੀ ਮੈਨੂੰ ਕਿ ਸੀਰੀਅਸ ਬੰਦਾ ਹੋ ਗਿਆ, ਚਲੋ ਗਲੂਕੋਸ ਲਾ ਦਈਏ। ਫੋਨ ਚੱਕੋ। ਹੈਲੋ, 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 ਪੂਰਨ ਸਿੰਘ ਜੀ, ਤੈਨੂੰ ਬੜਾ ਨਾਂ ਪਤਾ ਅੱਛਾ, ਉੱਤੇ ਲਿਖਿਆ ਹੁੰਦਾ ਜੀ। ਹੈਲੋ, ਕੱਟ ਦਿਓ ਬੇਟਾ, ਸ਼ਾਇਦ ਕਿਸੇ ਹੋਰ ਦੀ ਕਾਲ ਆ ਜਾਏਗੀ ਉਨੀ ਦੇਰ। ਆਪਾਂ ਮਤਲਬ ਚਾਰ ਵਾਰੀ ਹੈਲੋ ਕਰਤਾ, ਉਹ ਸ਼ਾਇਦ ਉਹਨਾਂ ਨੂੰ ਲੱਗਾ ਕਿ ਕਾਲ ਨਹੀਂ ਲੱਗੀ। ਹਾਂ, ਤੇ ਉਹ ਨਹੀਂ ਆਈ ਜੀ ਅੱਜ। ਉਹ ਨਹੀਂ ਆਈ ਦਾ ਕੀ ਮਤਲਬ? ਮਤਲਬ ਮੁਲਾਜ਼ਮ ਨਹੀਂ ਆਈ। ਮੁਲਾਜ਼ਮ ਦਾ ਕੀ ਮਤਲਬ ਹੈ? ਮੁਲਾਜ਼ਮ ਤੈਨੂੰ ਨਾਂ ਨਹੀਂ ਪਤਾ ਉਹਦਾ? ਲਵ ਯੂ। ਆਹੋ, ਮੈਂ ਮੈਡਮ ਕਿੰਨੇ ਲਾਣਾ ਨਾਲ ਹੈ ਮੁਲਾਜ਼ਮ ਹੈ। ਲਵ ਯੂ ਤੇਰੇ ਨਾਲ ਕਿ ਤੀਜੀ 'ਚ ਪੜ੍ਹਦੀ ਰਹੀ ਆ?
ਤੁਸੀਂ ਵੀ ਐਂ ਕਹਿੰਦੇ ਹੋ ਜੀ। ਉਹ ਤੂੰ ਮੈਂ ਆ। ਮੈਂ ਆ ਜੀ। ਜੇ ਤੂੰ ਮੇਰਾ ਆ। ਨਹੀਂ ਤੇ ਫਿਰ ਮੈਂ ਉਹਦਾ ਆ। ਫਿਰ ਤੂੰ ਕਿਹਦਾ ਉਹਦਾ? ਮਤਲਬ ਭਾਪੇ ਪਿਛਲੀ ਵਾਰ ਤੂੰ ਉਹਦਾ ਗਿਆ ਸੀ। ਨਹੀਂ ਹਾਂ ਨਹੀਂ, ਤੂੰ ਮੈਨੂੰ ਇੱਕ ਚੀਜ਼ ਦੱਸ, ਜੇ ਮੈਂ ਉਹਨੂੰ ਲਵ ਯੂ ਕਹਾਂਗਾ ਤੂੰ ਹੀ ਉਹਨੂੰ ਲਵ ਯੂ ਕਹਿਣਾ? ਤੇ ਉਹਦਾ ਨਾਂ ਲਵ ਯੂ। ਉਹ ਮੈਂ ਤੇਰੀ ਤਾਂ ਮੈਡਮ ਲੱਗਦੀ ਹੈ ਨਾ, ਤੇ ਨਾਮ ਤੇ ਲਵ ਯੂ ਹੀ ਹੈ ਜੀ। ਨਾਮ ਤੇ ਲਵ ਯੂ ਹੈ ਪਰ ਪੂਰਾ ਨਾਮ ਕਹੇਗਾ ਉਹ ਨਹੀਂ ਆਈ ਲਵ ਯੂ ਮੈਡਮ, ਇਹੀ ਕਹੇਗਾ ਨਾ? ਹਾਂਜੀ। ਤੇਰੇ ਤੋਂ ਵੱਡੀ ਹੈ ਨਾ ਜੀ, ਉਹਦੇ ਗੋਡੇ ਤੋਂ ਉੱਪਰ ਨਹੀਂ ਜਾਂਦਾ, ਤੈਨੂੰ ਪਤਾ? ਨਹੀਂ ਚਲਾ ਜਾਂਦਾ ਜੀ, ਸੋਚ ਉੱਚੀ ਜਾ ਹੋਣੀ ਚਾਹੀਦੀ ਪਤਾ ਜੀ। ਓਹੋ, ਕੈਸੀ ਗੱਲ ਕਰਤੀ ਵੀ ਬੰਦੇ ਨੇ ਅੱਜ, ਕੀ ਹੋਣਾ ਚਾਹੀਦਾ ਸਰ? ਉਹੀ ਜੋ ਕਹਿ ਸੀ ਮੈਂ। ਨਹੀਂ ਨਹੀਂ ਥੋੜ੍ਹਾ ਦੱਸੋ, ਉੱਚੀ ਸੋਚ ਪਹਿਲੇ ਕਿਉਂ ਨਹੀਂ ਹੋਈ ਤੇਰੀ ਫਿਰ? ਹੈਂ, ਪਹਿਲੇ ਕਿਉਂ ਨਹੀਂ, ਜਦੋਂ ਕ੍ਰਿਮੀਨਲ ਬਣਿਆ ਉਦੋਂ ਕਿਉਂ ਨਹੀਂ ਹੋਈ ਤੇਰੀ ਉੱਚੀ ਸੋਚ? ਹੁਣ ਕਿੱਥੋਂ ਹੋ ਗਈ? ਅੱਜ ਨਹੀਂ ਤੇਰੇ ਦਿਲ ਕਰਦਾ ਕਿ ਤੇਰੀ ਉੱਚੀ ਸੋਚ ਹੋਵੇ? ਉੱਚੀ ਹੋਈ ਆਈ। ਫਿਰ ਪੁੱਤਰ 22ਵੇਂ ਫਲੈਟ 'ਤੇ ਜਾ ਕੇ ਸੋਚ ਲੈ, ਬਹੁਤੀ ਉੱਚੀ ਕਰਨੀ ਤੇ। ਨਹੀਂ ਮਤਲਬ ਹੁਣ ਉੱਚੀ ਸੋਚ ਇਹ ਹੈ ਕਿ ਕੋਈ ਵੱਡਾ ਕੰਮ ਕਰਨਾ ਜੀ। ਹਾਂ ਇਹ ਤਾਂ ਅੱਛੀ ਹੋ ਗਈ ਨਾ। ਔਰ ਇਹ ਵੀ ਗੱਲ ਪੁੱਤਰ ਤੂੰ ਮੰਨ ਕਿ ਇਸ ਜਗ੍ਹਾ 'ਤੇ ਇਸ ਸੋਚ ਤੱਕ ਲਿਆਉਣ ਦਾ ਤੈਨੂੰ ਜਿਹੜਾ ਜ਼ਿੰਮਾ ਸੀ ਉਹ ਮੈਂ ਚੁੱਕਿਆ ਸੀ, ਮੈਂ ਹੀ ਤੈਨੂੰ ਸੁਧਾਰਿਆ, ਮੈਂ ਹੀ ਤੇਰੇ ਅੰਦਰ ਇੱਕ ਚੰਗੀਆਂ ਗੱਲਾਂ। ਤੁਸੀਂ ਸਿੱਧੇ ਪਾਸੇ ਛਾਣ ਰਹੇ ਜੀ? ਮਤਲਬ? ਮਤਲਬ ਕੋਈ ਵੱਡਾ ਕੰਮ ਕਰਾਂਗੇ, ਮਤਲਬ ਕਾਂਡ ਕਰੇਗਾ ਵੱਡਾ? ਹਾਂ ਜੀ ਹਾਂ ਜੀ। ਯਾਰ ਮੈਂ ਕੀ, ਦੇਖੋ ਜੀ ਮੇਰੇ ਵਾਸ ਤੋਂ ਬਾਹਰ ਹੈ ਗੱਲ, ਮੈਂ ਲਾ ਲਿਆ ਹਿਸਾਬ ਕਿ ਜਿਹੜਾ ਬੰਦਾ 2 ਸਾਲ ਦੇ ਉਹ ਐਵੇਂ ਨਹੀਂ ਫਿਰ ਕਹਿੰਦੇ ਉਹ ਕਹਾਵਤ ਬਣੀ ਉਹ ਪੂੰਛ ਵਾਲੀ ਕਿ 12 ਸਾਲ ਵੀ ਨਲੀ 'ਚ ਪਾ ਕੇ ਰੱਖੋ ਨਾ ਤਾਂ ਸਿੱਧੀ ਨਹੀਂ ਹੁੰਦੀ। ਮੈਂ ਕਿਹਾ ਹੀ ਨਹੀਂ, ਹੈਂ ਆਪਣੀ ਬਰੀਡ ਆਪੇ ਦੱਸਣ ਲੱਗ ਗਏ। ਅੱਛਾ, ਮੈਂ ਤਾਂ ਕਿਹਾ ਹੀ ਨਹੀਂ ਕੁੱਤੇ ਵੱਲੋਂ। ਓਏ ਬਣੀ ਤਾਂ ਇਹੀ ਹੈ ਜੀ ਕੁੱਤੇ ਦੀ ਕਹਿੰਦੇ। ਯਾਰ ਤੈਨੂੰ ਕੀ ਪਤਾ, ਮੈਂ ਕਿਹਾ ਹੋਰ ਦੀ ਪੂੰਛ ਫਸਾਣੀ ਹੋਵੇ, ਪੂੰਛ ਤਾਂ ਪੂੰਛ ਹੁੰਦੀ ਹੈ ਨਾ, ਭਾਵੇਂ ਕੁੱਤੇ ਦੀ ਹੋਵੇ ਭਾਵੇਂ ਜਿਹਦੀ ਮਰਜ਼ੀ ਹੋਵੇ। ਬਾਕੀ ਤਾਂ ਸਿੱਧੀ ਕਿਹਦੀ ਹੁੰਦੀ? ਸਿੱਧੀ ਪੂੰਛ ਦੱਸੀ। ਸਿੱਧੀ ਹੁੰਦੀ ਹੈ ਤੇਰੇ? ਸਿੱਧੀ ਹੈ? ਮੇਰੇ ਤਾਂ ਲੱਗੀ ਨਹੀਂ ਜੀ। ਤੇ ਫਿਰ ਛੱਡਿਆ ਅੱਜ ਘਰ? ਸਿੱਧੀ ਹੁੰਦੀ ਆ, ਮੈਂ ਦੇਖਿਆ ਜ਼ਿਆਦਾਤਰ ਜੀ, ਜਿਵੇਂ ਘੋੜੇ ਦੀ ਦੇਖ ਲਓ ਜੀ, ਸਿੱਧੀ ਥੱਲੇ ਨੂੰ ਜਾ ਰਹੀ ਹੁੰਦੀ ਹੈ। ਥੱਲੇ ਨੂੰ ਕਿੱਧਰ? ਥੱਲੇ ਕੀ ਹੈ? ਥੱਲੇ ਬੋਰ ਕਰਨ ਜਾ ਰਹੀ ਹੈ, ਮਤਲਬ ਉਹਦੇ ਗਿੱਟੇ ਨੂੰ ਜਾ ਰਹੀ ਹੁੰਦੀ ਹੈ। ਵਾਹ ਵਾਹ ਪੁੱਤਰ, ਪੂੰਛ ਹੈ ਕਿ ਗੋਤਾ ਉਹਦੀ ਜਿਹੜੀ ਗਿੱਟੇ ਨੂੰ ਜਾ ਰਹੀ ਹੈ? ਨੇ ਮੇਰੇ ਗਿੱਟਿਆਂ ਨੂੰ ਕਹਿੰਦੀ ਮੇਰੀ ਗੁੱਤ ਨੀ ਹੈ? ਫੋਨ ਤਾਂ ਕਰੋ ਜੀ, ਸਭ ਤੋਂ ਚੰਗਾ ਮੇਰਾ ਪੁੱਤ ਨੀ। ਕਿਹਨੂੰ? ਮੈਡਮ ਮੁਲਾਜ਼ਮ ਨੀ। ਮੈਂ ਕਿਉਂ ਕਰੂੰਗਾ ਉਹਨੂੰ ਫੋਨ? ਮੈਂ ਤਾਂ ਉਹਦੇ ਪੈਸੇ ਕੱਟਾਂਗਾ ਜਦੋਂ ਆਏਗੀ। ਤੁਸੀਂ ਥੋੜ੍ਹੀ ਸੈਲਰੀ ਦਿੰਦੇ ਜੀ, ਸਰਕਾਰ ਦਿੰਦੀ ਹੈ ਜੀ। ਪੁੱਤਰ ਸਰਕਾਰ ਨੂੰ ਰਿਪੋਰਟ ਤਾਂ ਮੈਂ ਹੀ ਭੇਜਣੀ ਹੈ। ਸਹੀ ਗੱਲ, ਕਿਹੜੇ ਦਿਨ ਆਈ ਹੈ, ਕਿਹੜੇ ਦਿਨ ਨਹੀਂ, ਕਿਹੜੇ ਦਿਨ ਲੇਟ ਆਈ ਆ, ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ। ਫਿਰ ਤਾਂ 5 ਛੁੱਟੀਆਂ ਲੈ ਦਿਓ ਜੀ, ਤੁਹਾਡਾ ਕੀ ਜਾਂਦਾ ਜੀ? ਮੈਂ ਪੁੱਤਰ ਤੇਰੇ ਵਰਗੀ ਬਦਤਮੀਜ਼ ਵੀ ਨਹੀਂ ਹੈਗਾ, ਜੋ ਉਹਨੇ ਮਿਹਨਤ ਕੀਤੀ ਉਹ ਤਾਂ ਉਹਦੇ ਕੋਲ ਲਾਉਂਗਾ ਹੀ ਨਾ। ਠੀਕ ਠੀਕ, ਇਹ ਵੀ ਗੱਲ, ਉਹ ਤਾਂ ਉਹਨੂੰ ਕਹੂੰਗਾ ਕਿ ਉਹਦੇ ਪੈਸੇ ਲੈ ਬਈ ਜੀ। ਇਹ ਵੀ ਗੱਲ ਠੀਕ ਹੈ, ਇਮਾਨਦਾਰੀ ਉਹਦੀ ਸੁਣ ਲਓ ਜੀ। ਹਾਂ ਤੈਨੂੰ ਕੀ ਹੋਇਆ ਅਜੀ? ਮੈਨੂੰ ਲਵ ਯੂ ਤੂੰ ਬਾਹਰ ਬੈਠੇ ਨੂੰ ਪੀੜ ਪੈਂਦੀ ਰਹਿੰਦੀ ਕੋਈ ਨਾ ਕੋਈ। ਅਜੀ ਫੋਨ ਆਇਆ ਜੀ ਲਵ ਯੂ ਦਾ। ਕੀ ਕਹਿੰਦੀ ਹੈ? ਕੁਛ ਨਹੀਂ ਜੀ, ਮੈਂ ਚੱਕ ਕੇ ਕਹਿੰਦਾ ਲਵ ਯੂ ਟੂ। ਤੇ ਜੇ ਕਹਿ ਹੀ ਦਿੱਤਾ ਸੀ ਚੱਕ ਕੇ ਲਵ ਯੂ ਟੂ ਵੀ ਹੋ ਗਿਆ, ਤੇ ਫਿਰ ਮੈਨੂੰ ਦੱਸਣ ਦੀ ਕਿਹੜੀ ਗੱਲ ਸੀ? ਮੈਂ ਕਿਹਾ ਜੀ ਉਹ ਤੁਹਾਡੇ ਕੋਲੇ ਸ਼ਿਕਾਇਤ ਕਰੂਗੀ, ਮੇਰੇ ਤੇ ਤੁਸੀਂ ਕੋਈ ਪਰਚਾ ਨਾ ਕੱਢਦੇ, ਮੈਂ ਪਹਿਲਾਂ ਪਾਣੀ ਭੇਰਤਾ ਜੀ ਆਪਣੀਆਂ ਉਮੀਦਾਂ ਤੇ। ਜਿੱਦਾਂ ਦਾ ਤੇਰਾ ਮੂੰਹ ਹੈ ਨਾ ਪੁੱਤਰ, ਤੇਰੇ ਉੱਤੇ ਸਬਜ਼ੀ ਕੱਟਣ ਨੂੰ ਜੀ ਕਰਦਾ ਮੇਰਾ। ਪਰਚਾ ਤੇ ਛੱਡ ਹੀ ਦੇਖ ਤੂੰ, ਏਡਾ ਤੂੰ ਪਰਚਾ ਕਟਾਉਣਾ ਤੈਨੂੰ ਦੱਸਿਆ ਨੀ ਕਿਸੇ ਨੇ? ਤੈਨੂੰ ਫੋਨ ਨੀ ਆਇਆ? ਚੰਡੀਗੜ੍ਹ ਵਾਲੇ ਜੱਟ ਤੁਰ ਗਏ, ਉਹ ਮੁੰਨਾ ਵੀ ਇੰਨਾ ਸੋਹਣਾ ਹੋਣਾ, ਇਹਦੇ ਵਰਗਾ ਲੱਗਦਾ ਹੋਣਾ ਨੁੰਨਾ। ਪਿੰਡਾਂ ਵਾਲੇ ਜੱਟ ਇਧਰ ਨੂੰ ਆ। ਹਾਂਜੀ ਸਰ, ਪਿੰਡਾਂ ਵਾਲੇ ਜੱਟ ਮੁੜ ਗਏ। ਹਾਂਜੀ ਸਰ, ਮੁੜਨ ਤੋਂ ਫਿਰ ਹੁਣ ਕੁਛ ਰਹਿ ਪਿੱਛੇ ਕਿ ਨਹੀਂ? ਸਿਰ ਜ਼ਮੀਨ ਛੱਡ ਗਏ ਉਹ। ਹਾਂਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਜੀ ਜਨਾਬ ਦੇ ਵਿੱਚ। ਤੇ ਮੈਂ ਤੈਨੂੰ ਪੁੱਛ ਰਿਹਾ ਕਿ ਤੂੰ ਲੇਟ ਕਿਉਂ ਆਈ ਆ, ਸਾਡੇ ਸਾਰੇ ਦਰਸ਼ਕ ਪੁੱਛ ਰਹੇ ਸੀ। ਹਾਂ ਸਰ, ਮੈਂ ਵੀ ਭੁੱਲ ਗਈ, ਦੱਸੋ ਜੈਨ ਸਰ। ਅੱਛਾ, ਇੱਕ ਉਦਾਂ ਲੇਟ ਹੈ ਕਿ ਜੈਹਿੰਦ ਜੀ ਵੀ ਲੇਟ ਆ, ਆ ਕੇ ਵੀ ਨਹੀਂ ਇਹਨੇ ਜੈਹਿੰਦ ਕੀਤੀ ਜੈਹਿੰਦ। ਹਾਂਜੀ, ਮੈਂ ਤੈਨੂੰ ਪੁੱਛਣ ਡਿਆ ਕਿ ਕਿਉਂ ਲੇਟ ਆਈ ਆ? ਹਾਂ ਸਰ, ਮੈਂ ਲੇਟ ਤਾਂ ਹੋ ਗਈ ਕਿਉਂਕਿ ਅੱਜ ਨਾ ਮੈਂ ਲੇਟ ਗਈ ਸੀਗੀ ਸਵੇਰੇ ਸਵੇਰੇ ਅਚਾਨਕ ਹੀ। ਤੂੰ ਲੇਟ ਲੇਟ ਕੇ ਪਤਾ ਨਹੀਂ ਲੱਗਾ ਕਿੰਨਾ ਮੈਂ ਲੇਟੀ ਹੋਈ ਆ। ਉਹ ਲੇਟ ਗਈ ਸੜਕ ਤੇ? ਹਾਂ ਸਰ, ਬੈੱਡ ਦੇ ਉੱਤੇ ਉੱਟ ਮੈਂ ਲਾ ਲਾ ਸੀ। ਪਾਛੇ ਪਾਛੇ ਆਲਾ ਆਲਾ ਪਾਣੀ ਪੀ ਲਾ ਵੀਰੇ।
ਇਹ ਜਲ ਸੇਵਾ ਵਾਲੇ ਕਿਧਰੋਂ ਆ ਗਏ? ਇਹ ਕੌਣ ਇਹ ਬੰਦਾ ਤੇ ਰੱਖਿਆ ਨਹੀਂ ਅਸੀਂ ਪਾਣੀ ਪੀਓ ਜੀ ਤੁਸੀਂ ਉੱਤੋਂ ਦੀ ਕੌਮ ਕਿਆ ਹੈ 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 ਉੱਤੋਂ ਦੀ ਕੌਮ ਕਿਆ ਹੋ ਤੇ ਤੂੰ ਉੱਤੋਂ ਹੀ ਸੁੱਟਦੇ ਹੈ ਇਥੋਂ ਕੁੜੀ ਵਾਲਿਆਂ ਦੇਖਣ ਆਣਾ ਉਹਨਾਂ ਨੇ ਬਾਂਦਰ ਨੀ ਨਾ ਦੇਖਿਆ ਕਦੇ ਦੇਖਣ ਜਾਣਾ ਉਹ ਤੂੰ ਹੈ ਕੌਣ ਆ ਓਏ ਪਾਣੀ ਟਾ ਗਲਮਾ ਪਾਣੀ ਠੰਡਾ ਮੈਂ ਠੰਡਾ ਸਮਝੀ ਜਾਣਾ ਗਰਮ ਇੱਕ ਮਿੰਟ ਖਲੋ ਯਾਰ ਗੱਲ ਕਰਦੇ ਆ ਹੈਲੋ ਹੈਲੋ ਹਾਂਜੀ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਪਾਣੀ ਲੈ ਆਯੋ ਕੌਣ ਜਲ ਸੇਵਾ ਕਰਨ ਵਾਲੇ ਹਾਲਾਂਕਿ ਆਪਣਾ ਮੂੰਹ ਤੁਹਾਡਾ ਜਲ ਕੁਕੜੀ ਵਰਗਾ ਸ਼ਮੀਲ ਤਾਂ ਲੱਗੀ ਸ਼ਬੀਲ ਜੀ ਉਹ ਪਾਣੀ ਮਿੱਠੇ ਵਾਲੀ ਪੁੱਤਰ ਮੈਂ ਤੈਨੂੰ ਤਬਦੀਲ ਕਰ ਦੇਣਾ ਇੱਥੋਂ ਸ਼ਬੀਲ ਸ਼ਬੀਲ ਦਾ ਟੁੱਟੇ ਜਾਗਰ ਦਾ ਮੂੰਹ ਆ ਤੇਰਾ ਵਿੱਚ ਬੋਲਦਾ ਰਹਿੰਦਾ ਹਾਂ ਹਾਂਜੀ ਉਹ ਜੀ ਇੱਥੇ ਮੈਂ ਵੇਟਰ ਕਰਨ ਹੀ ਆਇਆ ਸੀਗਾ ਕੀ ਕਰ ਰਿਹਾ ਹੈ ਵੇਟਰ ਕਰਨ ਹੀ ਆਇਆ ਸੀਗਾ ਵੇਟਰ ਹੈ ਤੂੰ ਜੀ ਯਾਰ ਤੇਰੇ ਕੋਟ ਪੈਂਟ ਤੋਂ ਮਤਲਬ ਤੇਰੇ ਕੱਪੜਿਆਂ ਤੋਂ ਤਾਂ ਨਹੀਂ ਲੱਗ ਰਿਹਾ ਕਿ ਵੇਟਰ ਹੈ ਤੂੰ ਜੇ ਹੁਣ ਤੁਸੀਂ ਦੇਖ ਲਓ ਤੁਸੀਂ ਵੀ ਵਰਦੀ ਪਾਈ ਆ ਮੈਨੂੰ ਕਿਹੜਾ ਲੱਗਦਾ ਤੁਸੀਂ ਪੁਲਿਸ ਵਾਲੇ ਆ ਇਹ ਜੀ ਬਾਤ ਨਹੀਂ ਜੀ ਚਲੋ ਮਤਲਬ ਗੁੱਛਾ ਥੋੜੀ ਕਰਨਾ ਹੈ ਗੁੱਛਾ ਥੋੜੀ ਕਰਨਾ ਪੁੱਤਰ ਤੂੰ ਨਹੀਂ ਨਾ ਕਰਨਾ ਮੈਂ ਤਾਂ ਕਰ ਲੈਣਾ ਸਾਡੇ ਤੇ ਸੁਭਾਅ ਚ ਹੁੰਦਾ ਤੇ ਮੈਂ ਉਹਦੇ ਪਾਪੇ ਨੂੰ ਵੀ ਦੱਸ ਦੂੰ ਫਿਰ ਹਾਂ ਤੇ ਤੇਰੇ ਪਾਪੇ ਨੂੰ ਵਿੱਚੇ ਠੋਕੂੰਗਾ ਤੈਨੂੰ ਪਤਾ ਨਹੀਂ ਫਿਰ ਮੇਰਾ ਮੈਂ ਤੇ ਖਾਨਦਾਨ ਕੁੜੀਸ ਕੇ ਲੈਣਾ ਤੁਹਾਡੇ ਪਾਪੇ ਦੀ ਡਲ ਦਿੱਤੀ ਹੈ ਆ ਮੰਮੀ ਹੈ ਮੰਮੀ ਮੰਮੀ ਬਾਹਰ ਆ ਯਾਰ ਐਡਾ ਕੀ ਬਣ ਗਿਆ ਦੱਸ ਮੈਨੂੰ ਇੱਧਰ ਗੱਲ ਆ ਕਰੋ ਜੀ ਗੱਲ ਹੈ ਵੇਟਰ ਨਿਕਲਿਆ ਜੇ ਆ ਸਾਡੇ ਥਾਣੇ ਦੇ ਨਾਲ ਨਾ ਪੈਲਸ ਹੈ ਉੱਥੇ ਵਿਆਹ ਹੋਣ ਡਿਆ ਸੀ ਮੇਰੇ ਖਿਆਲ ਚ ਅਗਲੇ ਚੱਕਰ ਚ ਟਿੱਕੀ ਲਿਆਊਗਾ ਲੈ ਵੀ ਇਹਨੂੰ ਜੋੜੇ ਨੂੰ ਪੂਰਾ ਹਿਸਾਬ ਹੈ ਇਹ ਵੀ ਪੁੱਤਰ ਤੂੰ ਵੀ ਮੇਰੇ ਖਿਆਲ ਨਾਲ ਕਿਸੇ ਵਿਆਹ ਦੇ ਵਿੱਚ ਜਾ ਕੇ ਪੱਕਾ ਪਰਿਵਾਰ ਬਣ ਲੈਂਦਾ ਹੋਣਾ ਦੇਖੋ ਤੁਹਾਡੇ ਟੇਬਲ ਤੇ ਸਾਰਾ ਸਮਾਨ ਮੇਰਾ ਆਏਗਾ ਮੈਨੂੰ ਜਾਂਦਿਆਂ ਦੇ 150 ਦੇ ਜਿਓ ਸਿੰਗਰ ਨੇ ਹਾਂ ਉਦਾਂ ਪਾਇਆ ਮੈਂ ਤੂੰ ਫੈਨ ਆ ਉਹਦਾ ਫੈਨ ਆ ਨਹੀਂ ਯਕੀਨ ਨਹੀਂ ਯਕੀਨ ਤੁਹਾਨੂੰ ਨਹੀਂ ਮੈਂ ਫੈਨ ਆਈ ਹਵਾ ਪੁੱਤਰ ਇਹ ਜਿਹੜੀ ਤੂੰ ਹਰਕਤ ਕੀਤੀ ਹੈ ਨਾ ਇਹ ਤੋਂ ਤੂੰ ਮੈਨੂੰ ਫੈਨ ਨਹੀਂ ਤੂੰ ਮੈਨੂੰ ਉਹ ਪਰ ਤਾਂ ਕੰਮ ਨਕਮਾ ਜਾ ਹੀ ਹੋ ਗਿਆ ਕੀ ਭਲਾ ਆ ਦੇਖਿਆ ਕੀ ਹਰਕਤ ਕੀਤੀ ਇਹਨੇ ਇਹ ਫੈਨ ਦੱਸਿਆ ਮੈਨੂੰ ਆਪਣੇ ਇਹ ਫੈਨ ਕੀਤਾ ਹਾਂ ਜੀ ਪੁੱਤਰਾ ਜਿਹੜੀ ਤੂੰ ਹਰਕਤ ਕੀਤੀ ਇਹਦੇ ਨਾਲ ਤੂੰ ਮੈਨੂੰ ਉਹ ਫਰਾਟਾ ਲੱਗਾ ਜਿਹਨੂੰ ਜਿੰਨੇ ਵਾਰੀ ਵੀ ਮੋੜ ਕੇ ਆਪਣੇ ਵੱਲ ਨੂੰ ਕਰੋ ਨਾ ਫਿਰ ਉਹਨੇ ਇੰਜ ਇੰਜ ਕਰਕੇ ਪਰਲੇ ਪਾਸੇ ਹੋ ਜਾਣਾ ਹੁੰਦਾ ਜਿੱਦੀ ਫਰਾਟਾ ਨਹੀਂ ਹੁੰਦਾ ਜਿਹੜਾ ਕੱਲੇ ਸਿੰਗਲ ਪਾਰ ਵਾਲਾ ਫਰਾਟਾ ਹੈ ਤੂੰ ਸਰ ਫੇਰ ਇੱਧਰ ਨੂੰ ਕਰਿਓ ਤੁਹਾਡਾ ਪੇਚ ਉੱਧਰ ਚਲਾ ਗਿਆ ਲੱਤ ਫੜ ਲੈਂਦਾ ਕਿਸੇ ਦੀ ਗਲੀ ਵਿੱਚ ਸਰ ਕੁੱਤਾ ਖੜਾ ਸੀਗਾ ਗੁੱਸੇ ਨਾਲ ਭੌਂਕਦਾ ਰਿਹਾ ਜਿਹੜੀ
ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆਂ, ਮੈਂ ਕੱਲਾ ਕੱਲਾ ਠੋਕਦਾ ਰਿਹਾ। ਤੇਰੇ ਪਿੱਛੇ ਮਾਰਦੇ ਸੀ ਗੇੜੀਆਂ, ਮੈਂ ਕੱਲਾ ਕੱਲਾ ਠੋਕਦਾ ਰਿਹਾ। ਅਣਖੀਲਾ ਸਾਹਿਬ ਦੀ ਢੋਲਕੀ ਜਿੱਡਾ ਤੇ ਆਪ ਹੈ ਉਹ ਸੁਣਾ ਕੋ ਗਾਣ ਸੁਣਾ ਦੀ ਆਈ ਨਾ। ਹਾਂ ਉਹ ਗ੍ਰੈਮੀ ਵਾਲਿਆਂ ਨਾਲ ਗੱਲ ਕਰ ਲੈਣਾ ਜੇ ਉਹ ਦਿੰਦੇ ਪਰਮਿਸ਼ਨ ਤੇ। ਕੈਸੀ ਇਹ ਦੂਰੀਆਂ, ਸਾਡੇ ਸਾਰੇ ਤਿਆਰੀ ਕਰਕੇ ਆਏ ਹੋਏ ਅੱਜ। ਅੱਛਾ ਚੱਲ ਚੱਲ। ਕੈਸੀ ਇਹ ਦੂਰੀਆਂ ਕੋਈ ਹੱਲ ਹੀ ਨਹੀਂ, ਅੱਜ ਵੀ ਤੂੰ ਆਇਆਣਾ ਆਉਣਾ ਕੱਲ ਵੀ ਨਹੀਂ। ਪਤਾ ਕੀ ਗਾਣਾ ਗਾਣਾ, ਉੱਚੀ ਹੇਕ ਕਦੇ ਨੀ ਲਾਣੀ। ਤੂੰ ਪਿਛਲੀ ਵਾਰੀ ਵੀ ਨਿੱਕਰ ਭਰ ਲਈ ਸੀ ਆਪਣੀ, ਐਡੀ ਉੱਚੀ ਹੇਕ ਨੀ ਲਾਣੀ ਕਦੇ ਵੀ। ਸਰ ਮੈਨੂੰ ਵੀ ਗਾਣਾ ਆਉਂਦਾ। ਤੇਰਾ ਨਾਮ ਬਿੱਲੂ ਮੋਰੀ ਤੇ ਨੀ? ਬਿੱਲੂ ਮੋਰੀ ਮੈਨੂੰ ਠਵੰਜਾ ਕਹਿੰਦੇ ਆ। ਠੁੰਜਾ ਠਵੰਜਾ ਉਹ ਕਿਉਂ? ਜਿੱਦਾਂ ਉਸਤਾਦ ਨੰਜਾ ਵਾ। ਅੱਛਾ ਉਸਤਾਦ ਨਿੰਜਾ ਤੇ ਇਹ ਪੰਜਾ ਠੁੰਜਾ। ਨਹੀਂ ਥੱਥਾ ਨੀ, ਬਸ ਘਰੋੜ ਕੇ ਬੋਲਦਾ। ਮੈਂ ਤਾਂ ਕਦੇ ਤੱਤਾ ਨੀ ਬੋਲਿਆ ਜੀ। ਬਾ ਉਹ ਤੇ ਚਲੋ ਠੀਕ। ਚਲੋ ਸਰ ਮੈਂ ਵੀ ਹੁਣ ਪੁਲਿਸ ਚ ਭਰਤੇ ਹੋਣਾ। ਪੁਲਿਸ ਚ ਭਰਤੇ ਹੋਣਾ। ਤੂੰ ਪੁੱਛ ਕਿਸੇ ਦੀ ਲੈਂਟਰ ਦੀ ਭਰਤੀ ਪਵਾ ਜਾ ਕੇ। ਹੱਥੋਂ ਤੇ ਨਹੀਂ ਪਰ ਦਿਮਾਗੋ ਤੇਜ ਲੱਗਦਾ ਮੁੰਡਾ ਮੈਨੂੰ। ਦਿਮਾਗ ਤੇਜ ਹੈ ਤਾਂ ਹੀ ਦਿਮਾਗ ਬਾਹਰ ਲਟਕ ਰਿਹਾ। ਬਾਹਰ ਤੂੰ ਕਰਕੇ ਕਰਕੇ ਆਪਰੇਸ਼ਨ ਕਰਦੇ ਅੰਦਰ ਆਏ ਤੇ ਸੌਰੀ ਨਿਕਲ ਜਾਂਦੀ ਹਰ ਵਾਰੀ। ਪਾਣੀ ਕਿਉਂ ਨਿਕਲ ਜਾਂਦੀ ਹੈ ਤੇ ਅੱਗੇ ਤੇ ਨਹੀਂ ਪਾਉਂਦੀ ਸਰ? ਸੌਰੀ ਸੇ ਤੁਹਾਨੂੰ ਪਤਾ ਇਹ ਪਹਿਲੇ ਸੇ ਬਾਹਰ ਚਮਚੇ ਰੱਖ ਕੇ ਨਿਕਲਦਾ ਪਿਆ ਸੀ, ਫੜਾ ਗਿਆ। ਪਹਿਲੇ ਚ ਚਮਚੇ ਲੈ ਕੇ ਨਿਕਲਦਾ ਪਿਆ ਸੀ, ਫੋਟੋ ਆਈ। ਉਹ ਤਾਂ ਮੈਂ ਤੇਰੇ ਡੈਡੀ ਨੂੰ ਵੀ ਦੇਖਿਆ, ਉਹ ਨਹੀਂ ਫੜੇ ਗਏ ਸੀ ਉਹ ਤੇ ਲੈ ਕੇ ਹੁੰਦਾ ਹਰ ਵਾਰੀ ਸਹੀ ਤੇ। ਅੱਛਾ ਲਵ ਯੂ ਦਾ ਡੈਡੀ ਐਸੇ ਆ ਤੈਨੂੰ ਪਤਾ ਨਹੀਂ? ਇੱਕ ਵਾਰੀ ਲਵ ਯੂ ਡੈਡੀ ਨੂੰ ਕਿਸੇ ਨੇ ਵਿਆਹ ਦੇ ਸੱਦ ਲਿਆ। ਉੱਥੇ ਨਾ ਕਿਸੇ ਬੰਦੇ ਦੇ ਅੱਗੇ ਕਰਕੇ ਇੰਜ ਕਰਕੇ ਨੱਚਿਆ, ਇੰਜ ਦੋਨੋਂ ਹੱਥ ਕਰਕੇ। ਉਹਨੇ ਦੋਨੋਂ ਹੱਥਾਂ 'ਚ ਉਂਗਲਾਂ ਫਸਾਈਆਂ, ਐ ਕਰਕੇ ਸਾਰੀਆਂ ਤੋੜਤੀਆਂ। ਹੁਣ ਉਸੇ ਪੈਲਸ ਦੇ ਬਾਹਰ ਐ ਕਰਕੇ ਫਗਾਨੇ ਫਲਾ ਕੇ ਵੇਚਦਾ। ਬਰਗਰ ਲੈਣ ਗਈ ਸੀ ਇੱਕ ਵਾਰੀ ਸਟਾਲ ਤੋਂ, ਮੈਂ ਉਹ ਆਦਾ ਕਰਕੇ ਮੈਂ ਵਰਤਾਨ ਦਿਆ ਸੀਗਾ। ਜਦੋਂ ਇਹ ਨਾ ਸਟਾਲ ਤੋਂ ਬਰਗਰ ਲੈਣ ਗਈ, ਇਹ ਵੀ ਬਹੁਤ ਭੁੱਖਾ ਜੀ, ਆਪਣੇ ਪਿਓ ਤੇ ਗਈ ਆ। ਇਹਨੇ ਟਿੱਕੀ ਕੱਢ ਕੇ ਖਾ ਲਈ, ਕਹਿੰਦੀ ਬਰਗਰ ਘਰੇ ਜਾ ਕੇ ਖਾਊਂਗੀ। ਅੱਛਾ ਤੈਨੂੰ ਨੀ ਪਤਾ ਵਿਆਹ ਤੇ ਗਈ, ਹੁਣ ਸਾਰੇ ਉੱਥੇ ਮਾਹੌਲ ਬਣਿਆ ਹੋਇਆ, ਰਾਇਲ ਫੈਮਿਲੀ ਚ ਕਿਤੇ ਬੁਲਾ ਲਿਆ ਇਹਨੂੰ ਚੰਗੇ ਵਿਆਹ ਦੇ ਉੱਤੇ। ਉੱਥੇ ਚੱਲ ਗਈ ਵਿਆਹ ਤੇ, ਹੁਣ ਕਾਫੀ ਪੀਣ ਚੱਲ ਗਈ। ਅੱਛਾ ਜੀ। ਤੇ ਉਹ ਨੀ ਹੁੰਦਾ ਪਾਊਡਰ, ਚਾਕਲੇਟ ਪਾਊਡਰ ਜਿਹੜਾ ਹੁੰਦਾ, ਕਾਫੀ ਪਾਊਡਰ ਹੁੰਦਾ ਹਨਾ? ਮੈਂ ਬਹੁਤ ਚਟਿਆ ਹੀ ਉਹ। ਹੈਂ ਚਟਿਆ? ਮਤਲਬ ਸਵਾਦ ਹੁੰਦਾ ਉਹ। ਚਟਿਆ ਤੇ ਤੂੰ ਬਹੁਤ ਕੁਛ ਆ ਪੁੱਤਰ, ਪਾਊਡਰ ਹੀ ਆਪਣੀ ਜ਼ਿੰਦਗੀ ਦੇ ਦੁੱਖ ਚਟੇ ਆ ਤੂੰ, ਆਪਣੀ ਜ਼ਿੰਦਗੀ ਨੂੰ ਤੂੰ ਅੱਗੇ ਤੱਕ ਲਿਆਂਦਾ ਆ। ਇਹਦੇ ਤਾਂ ਰੁੱਖ ਚਟੇ ਨਹੀਂ ਹਰੇ ਹੋਏ। ਹੈਂ ਰੁੱਖ? ਉਹ ਤੂੰ ਰੁੱਖ ਵੀ ਚਟ ਲੈਣਾ, ਐਡਾ ਜਲੀਲਾ ਬੰਦਾ ਜੀ ਇਹ। ਹਾਂਜੀ ਹਾਂਜੀ। ਤੇ ਮੈਂ ਦੱਸ ਰਿਹਾ ਸੀ ਕਾਫੀ ਪੀ, ਕਾਫੀ ਵਾਲੇ ਸਟਾਲ ਤੇ ਚੱਲ ਗਈ। ਅੱਛਾ ਜੀ। ਉਹਨੇ ਫੜਫੜ ਕਾਫੀ ਭਰ ਕੇ ਤੈਨੂੰ ਫੜਾਤੀ, ਰੋਲਾ ਪਾ ਲਿਆ, ਕਹਿੰਦੀ ਹਾਏ ਹਾਏ ਬੋਨ ਵੀਟਾ ਪਾਓ ਉੱਤੋਂ। ਦੱਸ ਸਜੇ ਸਰ, ਸਰਸੋਂ ਦਾ ਸਾਗ 2 ਦਿਨ ਪੁਰਾਣਾ ਹੋਵੇ ਤੇ ਉਹਨੂੰ ਪਰਸੋਂ ਦਾ ਸਾਗ ਕਹਿੰਦੇ ਆ, ਇਹ ਕੀ ਗੱਲ? ਹਾਂਜੀ ਉਹ ਤਾਂ ਚੱਲ ਠੀਕ ਆ, ਪਰਸੋਂ ਦੇ ਸਾਗ ਵਾਲੀ ਗੱਲ ਠੀਕ ਆ, ਮਤਲਬ ਇਹ ਹਰਕਤਾਂ ਕਰਦੇ ਇੱਕ ਦਿਨ, ਮਤਲਬ ਵਿਆਹ ਤੇ ਜਿੰਨੇ ਮਰਜ਼ੀ ਸੋਹਣੇ ਕੱਪੜੇ ਪਾ ਕੇ ਚੱਲ ਜੇ, ਸਿਰਫ ਇਹਨੂੰ ਇਹ ਹੁੰਦਾ
ਕਿ ਜਾ ਕੇ ਮੈਂ ਉੱਥੇ ਚੀਜ਼ ਲੈਣੀ ਆ। ਇੱਧਰ ਮੈਂ ਡੋਸਾ ਬਣਾਉਣ ਡਿਆ, ਉਹ ਜਾ ਕਹਿੰਦੀ ਹਾਏ ਅਕਲ ਜੀ ਤੱਥਾ ਤੱਥਾ ਦਈਓ, ਤੱਥਾ ਤੱਥਾ ਦਈਓ। ਉਹ ਹਜੇ ਕੱਚਾ ਹੀ ਬਣਿਆ ਸੀ, ਉਹਨੇ ਫੜਾ ਫੜਾ ਮੂੰਹ ਤੇ ਮਾਰਿਆ, ਕਹਿੰਦਾ ਅੱਲਾ ਤੱਥਾ ਤੱਥਾ। ਅੱਧਾ ਡੋਸਾ ਭਰੇ ਤੇ ਮੂੰਹ ਤੇ ਬਣਿਆ। ਹੈਂ? ਹਾਂ ਹਾਂ, ਇੱਧਰ ਡੋਸਾ ਛਪ ਗਿਆ, ਇੱਧਰ ਇਡਲੀ ਰੱਖ ਕੇ ਕਹਿੰਦੀ ਮੈਂ ਇੱਥੋਂ ਖਾ ਲਾਂਗੀ। ਸਰ ਜੀ ਦੇਖੋ, ਸ਼ਕਲ ਤੋਂ ਅਨਪੜ੍ਹ ਲੱਗਣ ਡਈ ਹੈ ਮੈਨੂੰ। ਇਹੋ ਜਿਹੀ ਪੇਪਰਾਂ 'ਚ ਬੈਠੀ ਹੋਵੇ ਨਾ, ਐਸੇ ਲਿਖਣ ਡਈ ਹੁੰਦੀ ਦੋਸਤ ਦਾ, ਉੱਧਰੋਂ ਕਦੇ ਚਿੜੀ ਜਾਂ ਸੱਪ ਆ ਜਾਵੇ, ਉਦੋਂ ਬਾਅਦ ਐਸੇ ਛੱਡ ਕੇ ਚਿੜੀ ਅਤੇ ਸੱਪ 'ਤੇ ਲਿਖਣ ਲੱਗ ਜਾਂਦੀ। ਕਹਿੰਦੀ ਮੇਰੇ ਜਿਹੜੀ ਚੀਜ਼ ਸਾਹਮਣੇ ਮੈਂ ਤਾਂ ਉਹ ਲਿਖੂੰ। ਹਾਂ, ਇਹਨੂੰ ਨਹੀਂ, ਇਹ ਮੈਂ ਦੇਖਿਆ। ਹਾਂ, ਕਰਨੀ ਕੋਈ ਗੱਲ? ਮੈਂ ਸਰ ਇੱਦੀ ਗੱਲ ਹੈਗੀ ਹੈ। ਹਾਂਜੀ ਸਰ, ਵੈਸੇ ਨਾ ਮੈਂ ਵੀਕਐਂਡ 'ਤੇ ਸਰ ਬੜਾ ਇੰਜੋਏ ਕੀਤਾ। ਕਿੱਧਰ? ਕਿੱਥੇ? ਵੀਕਐਂਡ 'ਤੇ ਸਰ ਮੈਂ ਨਾ ਗਈ ਸੀ ਵਿਆਹ 'ਚ, ਮੈਂ ਨਵੇਂ ਕੱਪੜੇ ਸਰ, ਅੱਜ ਕੱਲ੍ਹ ਦੇ ਨਵੇਂ ਕੱਪੜੇ ਲੈਂਦੇ ਡਰ ਬੜਾ ਲੱਗਦਾ ਸਰ। ਮੈਂ ਸੁਣੇ ਤੇਰੇ ਨਵੇਂ ਕੱਪੜੇ ਗੁਆਚਦੇ ਵੀ ਬਹੁਤ ਆ, ਬਸਾਂ ਬੁਸਾਂ ਰਹਿ ਜਾਂਦੇ। ਹਾਂਜੀ, ਪਿਛਲੀ ਵਾਰੀ ਸੁਣੇ ਮੈਂ ਤੂੰ ਗਈ ਕਿਤੇ, ਕੱਪੜੇ ਬਸ 'ਚ ਰਹਿ ਗਏ। ਆਏ ਸਰ, ਡਰ ਬੜਾ ਲੱਗਦਾ ਨਵੇਂ ਕੱਪੜੇ 'ਚ ਅੱਜ ਕੱਲ੍ਹ। ਕਿਹਨੂੰ? ਸਰ ਜਿੱਦਾਂ ਕੋਟ ਪੈਂਟਸ ਵਾਲਾ, ਮੇਰਾ ਬੁਆਏਫ੍ਰੈਂਡ ਸਰ ਉਹਨੇ ਕੋਟ। ਅੱਛਾ, ਜੇ ਤੁਸੀਂ ਕੋਟ ਪੈਂਟ ਸਵਾਨੇ ਹੋ। ਹਾਂਜੀ ਸਰ। ਯਾਰ, ਬੈਂਕ ਕਿਹੜਾ ਜਿੱਥੋਂ ਤੁਹਾਡੀ ਫੈਮਿਲੀ ਲੋਨ ਲੈਂਦੀ ਹੈ, ਜੇ ਤੁਸੀਂ ਕੋਟ ਪੈਂਟ ਸਵਾਣਾ ਹੁੰਦਾ? ਸਰ ਕੋਟ ਪੈਂਟ ਵਾਸਤੇ ਕੋਣ ਲੋਨ ਲੈਂਦਾ? ਕਰਜ਼ਾ ਪੁੱਤਰ, ਜੇ ਇਸ ਘਰ ਦੇ ਹਾਲਾਤ ਤੁਹਾਡੇ, ਇੱਕੋ ਰਜਾਈ ਤੁਸੀਂ ਸਾਰਾ ਟੱਬਰ ਸਵਾਉਂਦੇ? ਕਰਜ਼ਾ ਲੈ ਦੇ ਜੀ, ਇਹ ਕਰਜ਼ਾ ਲੈ ਗਏ ਸਰ। ਅਸੀਂ ਉਹ ਕਰਦੇ ਆ, ਮੂਵਮੈਂਟ ਕਰਦੇ ਆ ਸਾਰੇ ਨੇ। ਹੈ? ਮੂਵਮੈਂਟ ਕਰਦੇ ਆ ਸਾਰੇ ਨੇ। ਨਹੀਂ ਉਹ, ਅੱਛਾ ਉਦੋਂ ਕੀ ਹੋਇਆ ਸੀ? ਕਹਿੰਦੇ ਮੈਂ ਸੁਣਿਆ ਇੱਕ ਵਾਰੀ ਟੈਨਸ਼ਨ ਜਾ ਗਈ, ਤੇਰੀ ਡਰੈਸ ਗੁੰਮ ਗਈ, ਬੱਸ 'ਚ ਰਹਿ ਗਈ। ਹਾਏ ਸਰ, ਉਹਨਾਂ ਮੇਰਾ ਬੋਲੀਆਂ ਦਾ ਪ੍ਰੋਗਰਾਮ ਸੀਗਾ। ਕਿਹਦਾ? ਮੇਰਾ ਸਰ ਬੋਲੀਆਂ ਦਾ ਪ੍ਰੋਗਰਾਮ ਸੀਗਾ। ਹਾਂ, ਤੇ ਕਹਿੰਦੇ ਤੂੰ ਉੱਥੇ ਵੀ ਨਹੀਂ ਬੋਲੀ? ਮੈਂ ਸੁਣਿਆ। ਮੈਂ ਸਰ ਕਿੱਥੇ ਬੋਲਦੀ ਫਿਰ? ਮੈਂ ਨਾ ਬੋਲਣ ਨਹੀਂ ਦਿੱਤਾ ਹੁਣ ਤੈਨੂੰ। ਉਹ ਸਰ, ਉਹ ਰੈਕ ਨਹੀਂ ਬਣਾ ਹੁੰਦਾ ਜਿਹੜਾ ਬੱਸ ਦੇ ਉੱਪਰ? ਹਾਂ, ਉਹ 'ਚ ਰੱਖਤਾ ਜੀ ਮੈਂ ਸੂਟ। ਅੱਛਾ, ਕੋਟ ਰੱਖਤਾ ਆਪਣਾ? ਹਾਏ, 20,000 ਦਾ ਸਰ ਸੂਟ ਨਵਾਂ ਸਵਾਇਆ। 20,000 ਦਾ? ਕਿੱਥੋਂ ਆਇਆ ਤੁਹਾਡੇ ਕੋਲ? ਮੈਨੂੰ ਵੀ ਨਹੀਂ ਪਤਾ ਸਰ। ਨਹੀਂ, 20,000 ਪੁੱਛਣ ਦੇ, ਕਿੱਥੋਂ ਆਇਆ ਸਰ? ਮੈਨੂੰ ਤਾਂ ਸੂਟ ਆਇਆ ਸੀ ਤਾਂ ਨਾ, ਆਪਣੇ ਪਿਓ ਦੀ ਤੋਂ 8 ਸਾਲਾਂ ਦੀ ਕਮਾਈ ਇੱਕੋ ਕੋਟ 'ਚ ਗੁਆਤੀ, 20,000 ਰੁਪਈਆ ਸਰ। ਫਿਰ ਉਹਨਾਂ ਚੁੱਕਣਾ ਭੁੱਲ ਗਈ ਮੈਂ। ਜਦੋਂ ਇੱਧਰ ਗੱਲ ਚੱਲਣ ਡਈ, ਇੱਧਰ ਆਈ, ਇੱਧਰ ਆਈ, ਇੱਧਰ ਗੱਲ ਚੱਲਣ ਦੀ, ਤੂੰ ਆਪਣਾ ਹੀ ਲਾਇਆ ਹਾਂ? ਸਰ ਕਰੀ ਜਾਂਦਾ, ਮੈਂ ਚੁੱਪ ਰਹਾ, ਉਹ ਗੱਲ ਕਰ ਰਹੇ ਜੀ, ਮੈਂ ਇਹਨਾਂ ਨੂੰ ਕਰਦਾ। ਇਹ ਕਹਿੰਦਾ ਮੇਰੇ ਨਾਲ ਕਰ ਲਾ, ਤੂੰ ਵੀ ਚੁੱਪ ਰਹਿ, ਇੱਥੇ ਮਾਰ ਦਿਓ ਜੀ। ਤੇ ਹਾਂ ਬੇਟਾ, ਤੂੰ ਕੀ ਕਹਿ ਰਿਹਾ ਸੀ? ਚਲ ਆ, ਜਨਾਬ 'ਚ ਜਨਾਬ ਦੇ ਕਿਸ਼ਤ 'ਚ ਠੇਡਾ ਵੱਜ ਗਿਆ। ਕੀ? ਜਨਾਬ ਦਾ ਕਿਸ਼ਤ 'ਚ ਠੇਡਾ ਵੱਜ ਗਿਆ। ਕਿਉਂ ਬੇਟਾ? ਖਾਂਸੀ ਲਾ ਜਾਂਦੀ ਹੈ। ਇੱਕ ਮਿੰਟ, ਇਹਦਾ ਮੂੰਹ ਸਰ ਇੱਦਾਂ ਜਿੱਦਾਂ ਛੱਪੜ 'ਚ ਮਗਰ ਮੱਛੀ ਨੂੰ ਲੂਜ਼ ਮੋਸ਼ਨ ਲੱਗੇ ਹੁੰਦੇ ਆ। ਆਪਣੀ ਜਗ੍ਹਾ ਤੇ ਬੋਲੀਦਾ ਕਿਸੇ ਨੂੰ? ਫਿਰ ਤੁਸੀਂ ਆਪਣੀ ਜਗ੍ਹਾ ਤੇ ਸੋਹਣੇ ਨਾ ਸਰ। ਹਾਂ ਤੇ ਮੈਂ ਆਪਣੀ ਜਗ੍ਹਾ ਤੇ ਸੋਹਣਾ ਹੈ ਨਾ? ਮੈਂ ਆਪਣੀ ਜਗ੍ਹਾ ਤੇ ਸੋਹਣੀ ਹਾਂ ਸਰ। ਨਹੀਂ, ਤੂੰ ਆਪਣੀ ਜਗ੍ਹਾ ਤੇ ਵੀ ਗੰਦੀ ਹੈ, ਤੂੰ ਕਿਸੇ ਦੀ ਜਗ੍ਹਾ ਤੇ ਵੀ ਗੰਦੀ ਹੈ, ਤੂੰ ਨਹੀਂ ਸੋਹਣੀ ਹੋ ਸਕਦੀ। ਇਹਨਾਂ ਦਾ ਆਪਣਾ ਮੂੰਹ ਦੇਖ ਲਓ ਜੀ, ਐਦਾਂ ਲੱਗਦਾ ਜਿਵੇਂ ਮੁਰਗੀ ਨੂੰ ਗਲ ਘੋਟੋ ਦੀ ਬਿਮਾਰੀ ਹੁੰਦੀ ਹੈ। ਛੱਡ ਦਿਓ, ਛੱਡ ਦਿਓ ਹੁਣ ਮੂੰਹ ਵਾਲੀ ਗੱਲਾਂ। ਅੱਛਾ ਜੀ, ਮੈਂ ਚੱਲਿਆ ਹੁਣ। ਨਹੀਂ ਨਹੀਂ, ਚੱਲਿਆ ਨਹੀਂ, ਮੈਨੂੰ ਕੋਈ ਗਾਣਾ ਤਾਂ ਸੁਣਾ ਕੇ ਜਾ ਯਾਰ। ਵਧੀਆ, ਤੂੰ ਦਹੀਂ ਭੱਲੇ ਲੈ ਆ ਹੁੰਦਾ। ਹੈਂ? ਲੈ, ਕੋਈ ਪੈਸਾ ਤਾਂ ਦਿੱਤਾ ਨਹੀਂ। ਮੈਂ ਰਮਨ ਭੱਲੇ ਨਾ ਲਿਆਵਾਂ ਤਰਲੇ। ਸੁਣਾਓ ਸਰ, ਪਹਿਲਾਂ ਮੇਰੀ ਰਿਪੋਰਟ ਲਿਖ ਲਓ। ਤੇਰੀ ਕਾਹਦੀ ਰਿਪੋਰਟ ਆ? ਸਾਨੂੰ ਲੱਗਾ ਤੂੰ ਸਰ ਪਾਣੀ ਪਿਆਉਣੀ ਹੈ। ਨਹੀਂ ਸਰ, ਮੈਂ ਰਿਪੋਰਟ ਵੀ ਲਿਖਾਉਣਾ ਆ। ਕਾਹਦੀ ਰਿਪੋਰਟ ਲਿਖਾਉਣੀ? ਉਹ ਜਿਹੜੇ ਵਿਆਹ 'ਤੇ ਮੈਂ ਗਿਆ ਸੀ, ਉਹਨਾਂ ਨੇ ਮੈਨੂੰ ਕੁੱਟਿਆ। ਚੱਲ ਕੁੱਟਿਆ? ਹਾਂ। ਉਹ ਕਿਉਂ? ਉਹ ਸਰ ਮੈਨੂੰ ਉਹ ਜਿਹੜੀ ਬ੍ਰਹਮੀ ਨਹੀਂ ਹੁੰਦੀ, ਮੈਨੂੰ ਉਹਨੂੰ ਪਤਾ ਨਹੀਂ ਸੀ ਵੀ ਬ੍ਰਹਮੀ ਕਹਿੰਦੇ ਆ, ਉਹ ਹਰੀ ਹਰੀ ਜੀ ਸੀਗੀ, ਤੇ ਮੈਂ ਉਹਨੂੰ ਕੁਛ ਹੋਰ ਕਹਿ ਕੇ ਵੇਚਦਾ ਰਿਹਾ ਆਏ ਲੋਕਾਂ 'ਚ। ਕੀ? ਆ ਰਗੜਾ, ਆ ਰਗੜਾ, ਰਗੜਾ ਪੀ ਲਓ, ਰਗੜਾ, ਆ ਰਗੜਾ। ਅੱਛਾ, ਮੈਂ ਤੁਸੀਂ ਉਹ ਜਦੋਂ ਸਵੀਟ ਡਿਸ਼ ਉਹ ਬਰਤਨ 'ਚ ਪਈ ਹੁੰਦੀ ਆ, ਉੱਤੋਂ ਢੱਕਣ ਹੁੰਦਾ, ਉਹ ਚੀਜ਼ ਨੂੰ ਫੜ ਕੇ ਤੁਹਾਡਾ ਮੂੰਹ ਕੋਈ ਨਾ ਤਰਲੇ ਵਾਲਾ ਹੁੰਦਾ, ਉਦੋਂ ਐਂ ਹੁੰਦਾ ਜੀ ਅਸੀਂ ਤਰਲਾ ਤਾਂ ਐਂ ਬਣਾ ਲਈਦਾ, ਮੂੰਹ ਵੀ ਕੋਈ ਦਾਸਾ ਪਾਂਜਾ ਮਿਲ ਜਾਂਦਾ। ਨਹੀਂ ਨਹੀਂ, ਵਧਾਈ ਮੰਗਦੇ ਹੋ ਨਾ ਉਦੋਂ ਤੁਸੀਂ? ਅਸੀਂ ਤਾਂ ਜੀ ਟਿਪ ਵੀ ਬਣਾਈ ਦੀ, ਮੈਂ ਤਾਂ ਗੁਲਾਬ ਜਾਮਣਾਂ ਦਾ ਮੋਰ ਬਣਾ ਦੇਣਾ। ਹੈਂ? ਗੁਲਾਬ ਜਾਮਣਾਂ ਦਾ ਮੋਰ ਬਣਾਈ ਦੀ। ਖੀਰੇ ਦਾ ਮੋਰ ਤਾਂ ਸੁਣਿਆ ਹੀ, ਗੁਲਾਬ ਜਾਮਣ, ਗੁਲਾਬ ਜਾਮਣ ਦਾ ਕਿਹੜੇ ਹਿਸਾਬ ਨਾਲ? ਜਿੱਦਾਂ ਖੀਰੇ ਦਾ ਬਣਦਾ ਕੱਟ ਕੱਟ ਕੇ, ਉਦਾਂ ਹੀ ਅਸੀਂ ਗੁਲਾਬ ਜਾਮਣਾਂ ਕੱਟ ਕੱਟ ਕੇ। ਅੱਛਾ, ਮੋਰ ਬਣਾ ਦਿੰਦੇ? ਹਾਂਜੀ, ਮੋਰ ਬਣਾਉਂਦੇ। ਜਿੱਦਾਂ ਇਹਨਾਂ ਨੇ ਵਿਆਹ ਵਾਲਿਆਂ ਨੇ ਤੇਰਾ ਬਣਾਇਆ ਹੁਣੇ ਕੁੱਟ ਕੇ ਪਿੱਛੇ ਹੀ, ਉਸ ਹਿਸਾਬ ਨਾਲ ਕਹਿੰਦਾ ਹੋਣਾ ਬੰਦੇ ਨੂੰ ਮੋਰ ਨਹੀਂ ਬਣਾ ਦਿੰਦੇ ਜੀ ਕੁੱਟ ਕੁੱਟ ਕੇ ਹੀ। ਉਹੀ ਤਾਂ ਦੱਸਣ ਡਿਆ ਜਿੱਦਾਂ ਇਹਨੂੰ ਬਣਾਇਆ। ਹਾਂਜੀ ਹਾਂਜੀ, ਉਹ ਕੁੱਟ ਖਾ ਕੇ ਤੇ ਆਇਆ ਉਹ ਵੀ, ਸੇਮ ਹੀ ਗੱਲ ਆ ਪੁੱਤਰ। ਤੇ ਅੱਛਾ, ਜਦ ਤੂੰ ਮੈਨੂੰ ਪਹਿਲੇ ਗਾਣਾ ਸੁਣਾ ਇੱਕ ਵਾਰੀ। ਵਾਹ ਵਾਹ, ਕੀ ਬਾਤ ਹੈ, ਕੀ ਬਾਤ ਹੈ।
ਬਹੁਤ ਵਧੀਆ ਵਾਹ ਵਾਹ ਸੁਰੀਲੇ ਖਾਨ ਸਾਹਿਬ ਸੁਣ ਲਓ ਪਹਿਲੇ ਹਾਂਜੀ ਸੌਰੀ ਸਰ ਰੋਈ ਨਾ ਨਾ ਜੀ ਜੇ ਯਾਦ ਮੇਰੀ ਆਈ ਵੇ ਖੁਸ਼ ਰਵੀ ਅੱਖਾਂ ਨਾ ਪਰ ਆਈ ਵੇ ਹੋਇਆ ਕੀ ਜੇ ਤੂੰ ਮੈਥੋਂ ਦੂਰ ਹੋ ਗਿਆ ਸੁਪਨਾ ਦੋਹਾਂ ਦਾ ਚੂਰੋ ਚੂਰ ਹੋ ਗਿਆ ਹਾਂ ਤੇਰੇ ਨਾਲ ਰਹੂੰ ਮੇਰੀ ਪਰਜਾਈ ਵੇ ਓਏ ਕੀ ਗਾ ਗਏ ਮੈਂ ਤਾਂ ਸਹੀ ਗਾਇਆ ਤੇਰੇ ਨਾਲ ਰਹੂੰ ਮੇਰੀ ਪਰਜਾਈ ਵੇ ਓਏ ਕੀ ਹੋ ਗਿਆ ਤੈਨੂੰ ਮੈਂ ਕੀ ਗਿਆ ਓ ਪਰਜਾਈ ਨਹੀਂ ਪਰਛਾਈ ਵੇ ਸਰ ਫਿਰ ਉਹਨੇ ਵੱਡੇ ਭਰਾ ਵਾਸਤੇ ਗਾਣਾ ਬਣਾਇਆ ਹੋਣਾ ਨਾ ਅੱਛਾ 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 ਵੱਡੇ ਭਰਾ ਲਈ ਹਾਂ ਤੇਰੇ ਨਾਲ ਰਹੂੰ ਮੇਰੀ ਪਰਜਾਈ ਵੇ ਵੱਡੇ ਭਾਈ ਵੇ ਅੱਗੇ ਉਹ ਪਾ ਦੇ ਨਾ ਇਹਦਾ ਕਲੀਅਰ ਨਹੀਂ ਹੁੰਦੀ ਹੋਰ ਨਾ ਨਾ ਭਜਾਈ ਵੇ ਕੈਸਾ ਤੇਰਾ ਗਾਣਾ ਭੁੱਲ ਗਿਆ ਮੈਂ ਤੈਨੂੰ ਕੀ ਕਵਾਂ ਹੁਣ ਅੱਛਾ ਮੈਨੂੰ ਇੱਕ ਚੀਜ਼ ਦੱਸ ਦੱਸੋ ਜੀ ਕਿ ਜੇ ਮੈਂ ਚਾਹਾਂ ਮੈਂ ਮਤਲਬ ਆਪਣੇ ਲੈਵਲ ਤੇ ਕਿ ਤੈਨੂੰ ਮੈਂ ਕੰਮ ਕੁੰਮ ਬੰਦ ਕਰਾ ਕੇ ਕਿਸੇ ਅੱਛੀ ਜਗ੍ਹਾ ਤੇ ਲਵਾ ਦਿੰਦਾ ਤੂੰ ਪੜ੍ਹ ਤੂੰ ਮਿਹਨਤੀ ਬੱਚਾ ਤੂੰ ਅੱਗੇ ਵਧਣ ਵਾਲਾ ਬੱਚਾ ਹੈ ਤੇ ਅੱਗੇ ਵਧੋ ਜ਼ਿੰਦਗੀ ਚ ਇਹ ਮੂੰਹ ਨਹੀਂ ਬਣਾਉਣਾ ਮੇਰੇ ਸਾਹਮਣੇ ਮੈਂ ਸਾਰੇ ਪੈਸੇ ਪਿੱਛੇ ਖਿੱਚ ਲੈਣੇ ਇਹ ਇਹ ਨਹੀਂ ਨੋਰਮਲ ਰੱਖੋ ਪਤਾ ਕੀ ਹੈ ਮੈਂ ਪੈਸੇ ਦੇਣ ਦਾ ਮਨ ਬਣਾ ਲਵਾਂ ਤੂੰ ਇਹ ਕਰਕੇ ਮੇਰੇ ਕੋਲੋਂ ਮੇਰਾ ਮਨ ਖਰਾਬ ਕਰ ਦੇਵੇ ਮੈਂ ਸਾਰੇ ਮੈਂ ਖਰਾਬ ਕਰ ਦੇਵਾਂ ਸਰ ਮੈਂ ਸਟਾਰ ਬਣਨਾ ਚਾਹੁੰਦਾ ਇੱਕ ਦੇ ਦਿਓ ਕੀ ਉਹ ਪੁੱਤਰ ਸਟਾਰ ਐਵੇਂ ਨਹੀਂ ਲੱਗਦੇ ਤੂੰ ਇਹੀ ਤਾਂ ਅੱਜ ਕੱਲ੍ਹ ਦੀ ਜਨਰੇਸ਼ਨ ਦੀ ਪ੍ਰੋਬਲਮ ਹੈ ਪਤਾ ਉਹਨਾਂ ਨੂੰ ਲੱਗਦਾ ਕਿ ਚੀਜ਼ਾਂ ਬੜੀ ਛੇਤੀ ਮਿਲ ਜਾਂਦੀਆਂ ਇਹਨੂੰ ਲੱਗਦਾ ਇਹ ਸਟਾਰ ਇੰਨੀ ਛੇਤੀ ਮਿਲ ਜਾਂਦੇ ਪੁੱਤਰ ਪੂਰਾ ਹਫ਼ਤਾ ਚੱਕਰ ਲਾਉਣੇ ਪੈਂਦੇ ਟੇਲਰ ਕੋ ਉਹਨੂੰ ਪੁੱਛਣਾ ਪੈਂਦਾ ਬਣ ਗਿਆ ਲਾਤੇ ਹੈ ਨਹੀਂ ਲੱਗੇ ਸ਼ਾਮ ਨੂੰ ਲੈ ਜਾਈਏ ਫਿਰ ਬੰਦ ਹੈ ਤੁਹਾਨੂੰ ਲੱਗਦਾ ਮਿਹਨਤ ਕਰਨੀ ਨਹੀਂ ਪੈਂਦੀ ਸ਼ਾਇਦ ਸਰ ਮੈਂ ਮੇਰੇ ਵੀ ਇੱਕ ਲਵਾ ਦਿਓ ਸਟਾਰ ਇੱਕ ਸਟਾਰ ਕਈ ਵਾਰੀ ਪੁੱਤਰ ਦੇਖੋ ਸਟਾਰ ਬਣਨਾ ਬਹੁਤ ਵੱਡੀ ਗੱਲ ਨਹੀਂ ਹੈ ਸਟਾਰ ਬਣ ਕੇ ਉਸ ਚੀਜ਼ ਨੂੰ ਸੰਭਾਲਣਾ ਜ਼ਿਆਦਾ ਔਖਾ ਹੈ ਹੁਣ ਤੁਸੀਂ ਦੇਖਿਆ ਕਈ ਵਾਰੀ ਪ੍ਰੈਸ ਕਰਾਉਣ ਗਈ ਹੁੰਦੀ ਨਹੀਂ ਲੱਭਦੇ ਉਹ ਸੰਭਾਲਣਾ ਔਖਾ ਸਟਾਰ ਨੂੰ ਅੱਛਾ ਇੱਕ ਲਿਫਾਫੇ 'ਚ ਕਿਤੇ ਸਾਂਭ ਕੇ ਰੱਖ ਦੋ ਤੇ ਲੱਭ ਜਾਂਦੇ ਜੀ ਠੀਕ ਆ ਕਈ ਵਾਰੀ ਸਟਾਰ ਰਹਿਣ ਦੋ ਸੂਰਜ ਲਵਾਓ ਨਾਲੇ ਨਾਲੇ ਤੁਹਾਡੀ ਦੁਕਾਨ ਬੜੀ ਚੱਲੀ ਚਾਹ ਦੀ ਦੁਕਾਨ ਨਾਲ ਨਾਲੇ ਚਾਹ ਰੱਖ ਕੇ ਗਰਮ ਕਰ ਲਈ ਮੈਂ ਕਹਿੰਦਾ ਤੇ ਸਟਾਰ ਨਹੀਂ ਸੂਰਜ ਨਹੀਂ ਤੁਸੀਂ ਸਿਰਫ ਇੱਕ ਬਲਬ ਲਵਾਓ ਇੱਥੇ ਅੱਛਾ ਉਹ ਚਿਹਰਾ ਨਹੀਂ ਲੱਭਦਾ ਜੋ ਗੱਲ ਕਰਨੀ ਹੁੰਦੀ ਤੁਹਾਡੇ ਨਾਲ ਉਹ ਤਾਂ ਬੜੀ ਮੁਸ਼ਕਲ ਹੁੰਦੀ ਸਾਨੂੰ ਆਮ ਪ੍ਰੋਬਲਮ ਹੈ ਇਹ ਜੀ ਸਰ ਇਹ ਤਾਂ ਤੁਸੀਂ ਮੇਰੀ ਬੇਇੱਜ਼ਤੀ ਕਰ ਰਹੇ ਹੋ ਤੇਰੀ ਬੇਇੱਜ਼ਤੀ ਕਰ ਸਕਦਾ ਮੈਂ ਨਾ ਬਿਲਕੁਲ ਨਹੀਂ ਲਓ ਫਿਰ ਸਰ ਬਹੁਤ ਲੋਕ ਨੇ ਕਰਨਾ ਟਿਪ ਜੋ ਹੈ ਟਿਪ ਯਾਰ ਮੈਂ ਤੈਨੂੰ ਹੁਣ ਨੌਕਰੀ ਲਵਾ ਲਗਾ ਹੁਣ ਤੂੰ ਮੇਰੇ ਕੋਲ ਟਿਪ ਮੰਗੀ ਜਾ ਸਰ ਜਦੋਂ ਪਾਣੀ ਪੈ ਜੇ ਤੇ ਪੈਸੇ ਬੰਦੇ ਅਸੀਂ ਨਹੀਂ ਛੱਡਦੇ ਕਿਸੇ ਨੂੰ ਇਹ ਤੂੰ ਕੀ ਐਕੋਫੀਨਾ ਦਾ ਪਵਾਇਆ ਸਾਨੂੰ ਅਸੀਂ ਇਹਨੂੰ ਪਿਆ ਦਿੰਨੇ ਆ ਜੀ ਲਓ ਜੀ ਗੱਲ ਹੀ ਖਤਮ ਪਿਆਓ ਪਾਣੀ ਇਹਨੂੰ ਮੈਂ ਜੂਠਾ ਨਹੀਂ ਪੀਂਦਾ ਹੈ ਜੂਠਾ ਨਹੀਂ ਪੀਂਦਾ ਸਾਨੂੰ ਕੀ ਪਤਾ ਜੀ ਸਾਨੂੰ ਕੀ ਪਤਾ ਕਿਹਦਾ ਝੂਠਾ ਪਿਆਤਾ ਸਾਨੂੰ ਮੈਂ ਤਾਂ ਪਰੇ ਸੀ ਨਾ ਜੀ ਮੈਂ ਇੱਕ ਦੇਖਿਆ ਪੁੱਤਰ ਮੈਂ ਤੇਰਾ ਦਿਮਾਗ ਡੰਬੋ ਹੀ ਆ ਡੰਬੋ ਮਤਲਬ ਇੱਕ ਪਾਣੀ ਪਿੱਛੇ ਤੂੰ ਇਹ ਕਹਿ ਰਿਹਾ ਉਹ ਦੂਸਰੇ ਪਾਸੇ ਮੈਂ ਤਾਂ ਨੌਕਰੀ ਦੇ ਰਿਹਾ ਉਹ ਨਹੀਂ ਤੈਨੂੰ ਲੱਭ ਰਿਹਾ ਸਰ ਗੱਲ ਹੀ ਸਾਰੀ ਪਾਣੀ ਦੀ ਅੱਜ ਕੱਲ ਪਾਣੀ ਪਿੱਛੇ ਤੇ ਲੜਾਈਆਂ ਹੋਈ ਜਾਂਦੀਆਂ ਓਹੋ ਬੰਦਾ ਅੱਜ ਕੱਲ ਡੂੰਗੀ ਕਰ ਗਿਆ ਹਾਂ ਸਟਾਰੀ ਕਲ ਪਲੇ ਹਾਂ ਸਟਾਰੀ ਕਲ ਪਲੇ ਇਹਨੇ ਡੂੰਗੀ ਗੱਲ ਕੀਤੀ ਮੇਰਾ ਦਿਲ ਕਰਦਾ ਉਹਨੇ ਡੂੰਗੇ ਪਾਣੀ ਦੇ ਗੋਤੇ ਲਵਾਵਾਂ ਇਹਦੇ ਪਾ ਪੰਜਾਬ 'ਚ ਸੱਤ ਦਰਿਆ ਸੀ ਹੈ ਪੰਜਾਬ 'ਚ ਸੱਤ ਦਰਿਆ ਸੀ ਅੱਛਾ ਦੱਸੋ ਜੀ ਕਿਹੜੇ ਕਿਹੜੇ ਸੱਤ ਇੱਕ ਲੋ ਜਾ ਇੱਕ ਮਿੰਟ ਦੋ ਇੱਧਰ ਹਾਂ ਹਾਂ ਦੱਸੋ ਗਣਾਓ ਯਾਰਾ ਹੁਣ ਰਾਵੀ ਪਟਨਾ ਸਤਲੁਜ ਬਿਆਸ ਤੇ ਗੰਗਾ ਜਮਨਾ ਗੰਗਾ ਪੰਜਾਬ ਚ ਵਹਿੰਦੀ ਹੈ ਹੈ ਤਾਂ ਕਿਤੇ ਦਾ ਵਹਿੰਦੀ ਲਵ ਮਨੋ ਦਾ ਚਰ ਮੈਂ ਇੱਥੇ ਕਾ ਪੇਪਰ ਦੇਣਾ ਹੈ ਹੈ ਮੈਂ ਕਾ ਇੱਥੇ ਪੇਪਰ ਦੇਣਾ ਭਾਖੜਾ ਭਾਖੜਾ ਕਿੱਥੇ ਭਾਖੜਾ ਉੱਥੇ ਨੰਗਲ ਡੈਮ ਕੀ ਹੈ ਮੈਂ ਮੈਂ ਮੈਨੂੰ ਇਹ ਦੱਸ ਕਿ ਜੇ ਹਿਸਾਬ ਨਾਲ ਤੂੰ ਤੇਰੀ ਨੌਲੇਜ ਹੈ 12ਵੀਂ ਚ ਕਿੰਨੇ ਨੰਬਰ ਆਏ ਤੇਰੇ ਪੂਰੇ ਪੂਰੇ ਨੰਬਰ ਪਾਸ 35 33 33 ਤੇ ਪੁੱਤਰ ਪੜਦਾ ਕਿ ਹੁਣ ਕੀ ਕਰਨਾ ਕੀ ਚਾਹਨਾ ਤੂੰ ਲਾਈਫ ਚ ਜਦੋਂ ਪਾਸ ਹੋਈ ਜੇ ਤਾਂ ਫਿਰ ਪੜ ਕੇ ਵੱਧ ਪੜ ਕੇ ਕੀ ਲੈਣਾ ਜਦੋਂ ਕੰਮ ਮੈਨੂੰ ਇਹ ਦੱਸ ਕਿ ਤੂੰ ਬੰਨਾ ਕੀ ਚਾਹਨਾ ਲਾਈਫ ਚ ਮੈਂ ਜੀ ਛਿੰਗਰ ਬੰਨਾ ਕੀ ਬੰਨਾ ਛਿੰਗਰ ਛਿੰਗਰ ਕਿਹਦਾ ਛਿੱਤਰ ਬੰਨਾ ਛਿੰਗਰ ਬੰਨਾ ਸਿੰਗਲ ਸਿੰਗਲ ਕਹਿੰਦਾ ਜੀ ਮੈਨੂੰ ਲੱਗਾ ਕਹਿੰਦਾ ਛਿੱਤਰ ਬੰਨਾ
ਮੁੰਡਿਆਂ ਦੇ ਹੋਸਟਲ ਵਿੱਚ ਨਖਰੋ ਨੀ ਤੇਰੇ ਨਾਂ ਦੇ ਵਜਣ ਲਲਕਾਰੇ ਮੁੰਡਿਆਂ ਦੇ ਹੋਸਟਲ ਵਿੱਚ ਨਖਰੋ ਨੀ ਤੇਰੇ ਨਾਂ ਦੇ ਵਜਣ ਲਲਕਾਰੇ